ਮਹਾਰਾਜਾ ਕੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਅੱਜ ਤੋਂ ਬਾਅਦ ਦਾ ਸਫ਼ਰ? ਤੁਸੀਂ ਆਪ ਹੀ ਕਿਹਾ ਕਿ ਜਿੱਤ ਦੀ ਅਰਦਾਸ ਹੋ ਗਈ ਗੁਰੂ ਮਹਾਰਾਜ, ਬੇਨਤੀ ਹੈ ਕਿ ਪ੍ਰੋਗਰਾਮ ਸ਼ੁਰੂ ਹੋ ਗਿਆ, 2 ਮਿੰਟ ਮਹਾਰਾਜ ਦੀ ਕਿਰਪਾਲਤਾ ਕਰੋ, ਜੋ ਉਹਨਾਂ ਦਾ ਹੁਕਮ ਹੋਏਗਾ ਉਸ ਹੁਕਮ ਨੂੰ ਖਿੜੇ ਮੱਥੇ ਮੰਨਣਾ ਚਾਹੀਦਾ। ਅੱਜ ਦੀ ਅਰਦਾਸ ਤੋਂ ਬਾਅਦ ਫਰਕ ਅਰਦਾਸ ਕਰਾਓ, ਮਹਾਰਾਜ ਦੇ ਚਰਨ ਪਾਓ, ਬਖਸ਼ਣੀ ਸਾਹਿਬ ਦਾ ਪਾਠ ਕਰਾਓ, ਫਿਰ ਸਰੈਂਡਰ ਕਰ ਦਿਓ ਕੰਪਲੀਟ, ਫਿਰ ਉਹ ਜੋ ਮਾਲਕ ਨੂੰ ਭਾਵੇ। ਅੱਜ ਤੋਂ ਕਿੰਨਾ ਕੁ ਫਰਕ ਲੱਗੂਗਾ ਮੁਹਿੰਮ ਦੇ ਵਿੱਚ? ਮੁਹਿੰਮ ਦੇਖ ਲਓ ਜਿਹੜੇ ਜੱਟ ਤੋਂ ਆਏ ਨੇ ਭਖ ਰਿਹਾ ਕੰਮ, ਕਿਸੇ ਨੇ ਨਹੀਂ ਜਾਣਾ ਕਿ ਕੋਈ ਵੀ ਡਾਂਸਰ